ਸਤਿ ਸ਼੍ਰੀ ਅਕਾਲ ਜੀ, ਮੈਂ ਹੈਪੀ ਮਾਹੀ। ਅੱਜ ਜਿਵੇਂ ਤੁਹਾਨੂੰ ਪਤਾ ਕਿ ਟ੍ਰੈਫਿਕ ਦਾ ਇੰਨਾ ਜ਼ਿਆਦਾ ਜਾਮ ਲੱਗਿਆ ਹੋਇਆ ਸੀ, ਤਕਰੀਬਨ 7 ਵਜੇ ਤੋਂ ਲੈ ਕੇ 8:15 ਵਜੇ ਦੇ ਕਰੀਬ ਲਾਡੋਵਾਲ ਟੋਲ ਪਲਾਜ਼ਾ 'ਤੇ ਇੱਕ ਲੰਬਾ ਟ੍ਰੈਫਿਕ ਜਾਮ ਹੋ ਗਿਆ। ਵਜ੍ਹਾ ਦੱਸੀ ਜਾ ਰਹੀ ਕਿ ਅੱਗ ਲੱਗ ਗਈ ਸੀ ਇੱਕ ਬੱਸ ਨੂੰ ਔਰ ਦੂਜੇ ਪਾਸੇ ਟਰੱਕ ਪਲਟ ਗਿਆ ਸੀਗਾ, ਜਿਹਦੇ ਕਰਕੇ ਇੱਕ ਲੰਬਾ ਟ੍ਰੈਫਿਕ ਜਾਮ ਹੋ ਗਿਆ। ਔਰ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਸਲੋ ਸਪੀਡ ਗੱਡੀਆਂ ਚਲਾਓ, ਕਿਉਂਕਿ ਟ੍ਰੈਫਿਕ ਬਹੁਤ ਜਾਮ ਹੈ ਔਰ ਬਹੁਤ ਸਾਰਾ ਲੋਕ ਜਿਹੜੇ ਹੈਗੇ ਆ ਟ੍ਰੈਫਿਕ ਦੇ ਧੁੰਦ ਸੰਘਣੀ ਧੁੰਦ ਦੇ ਕਾਰਨ ਐਕਸੀਡੈਂਟ ਦਾ ਕਾਰਨ ਬਣ ਰਹੇ ਨੇ। ਸੋ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਗੱਡੀਆਂ ਸਲੋ ਚਲਾਓ ਔਰ ਟ੍ਰੈਫਿਕ ਨਿਯਮਾਂ ਦਾ ਜ਼ਰੂਰ ਪਾਲਣ ਕਰੋ ਔਰ ਕੋਸ਼ਿਸ਼ ਕਰੋ ਜਿੰਨਾ ਅਵੋਇਡ ਹੋ ਸਕਦਾ ਆਪਣਾ ਗੱਡੀਆਂ ਦਾ ਜਿਹੜਾ ਇਸਤੇਮਾਲ ਉਹ ਥੋੜ੍ਹਾ ਜਿਹਾ ਘੱਟ ਕਰੀਏ। ਔਰ ਮੈਂ ਦੁਬਾਰਾ ਤੋਂ ਲੋਕਾਂ ਨੂੰ ਸਲੋ ਚੱਲਣ ਦੀ ਅਪੀਲ ਕਰਦਾ। ਥੈਂਕ ਯੂ। ਹਾਂਜੀ ਸਰ, ਆਪਣਾ ਨਾਮ? ਹਾਂਜੀ ਬੋਲੋ। ਇੱਕ ਨਿਊ ਬੱਸ ਹੈ ਜਿਹਦਾ 84 ਨੰਬਰ ਅਤੇ ਇੰਜਨ ਨੰਬਰ ਲਿਖਿਆ ਹੋਇਆ ਆ ਅਤੇ ਉਹਦਾ ਚਾਲਕ ਹੈਗਾ ਅਰਵਿੰਦ ਅਹਿਰਵਾਰ, ਜੋ MP ਤੋਂ ਨਵੀਂ ਬੱਸ ਦੀ ਵਾਢੀ ਲਵਾ ਕੇ ਸ਼੍ਰੀਨਗਰ ਜਾ ਰਿਹਾ ਸੀਗਾ। ਇਹ ਕਰੀਬ 7:30 ਵਜੇ ਇਹਨੂੰ ਸਤਲੁਜ ਦਰਿਆ ਦੇ ਪੁਲ ਦੇ ਉੱਪਰ ਅਚਾਨਕ ਅੱਗ ਲੱਗ ਗਈ ਆ, ਜਾਣੀ ਕਿ ਬੱਸ ਖਾਲੀ ਸੀਗੀ, ਕੋਈ ਇਹਦੇ ਵਿੱਚ ਸਵਾਰੀ ਨਹੀਂ ਸੀ, ਨਵੀਂ ਬੱਸ ਸੀਗੀ। ਇਸ ਕਰਕੇ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਤੇ ਡਰਾਈਵਰ ਵੀ ਸੇਫ ਆ, ਉਹਦਾ ਕਲਿੰਡਰ ਵੀ ਸੇਫ ਆ ਅਤੇ ਫਾਰਮਿੰਗ ਰੇਡ ਗੱਡੀ ਮੰਗਾ ਕੇ ਅਤੇ ਉਹ ਅੱਗ 'ਤੇ ਕਾਬੂ ਪਾਇਆ ਅਤੇ ਉਹਨੂੰ ਹੁਣ ਇਸ ਟਾਈਮ ਪਰੇ ਕਰਕੇ ਅਤੇ ਸੰਚਾਰੂ ਢੰਗ ਨਾਲ ਜਿਹੜੀ ਆ ਟ੍ਰੈਫਿਕ ਜਿਹੜੀ ਆ ਚਲਾ ਦਿੱਤੀ ਗਈ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਹੈਪੀ ਮਾਹੀ। ਅੱਜ ਜਿਵੇਂ ਤੁਹਾਨੂੰ ਪਤਾ ਕਿ ਟ੍ਰੈਫਿਕ ਦਾ ਇੰਨਾ ਜ਼ਿਆਦਾ ਜਾਮ ਲੱਗਿਆ ਹੋਇਆ ਸੀ, ਤਕਰੀਬਨ 7 ਵਜੇ ਤੋਂ ਲੈ ਕੇ 8:15 ਵਜੇ ਦੇ ਕਰੀਬ ਲਾਡੋਵਾਲ ਟੋਲ ਪਲਾਜ਼ਾ 'ਤੇ ਇੱਕ ਲੰਬਾ ਟ੍ਰੈਫਿਕ ਜਾਮ ਹੋ ਗਿਆ। ਵਜ੍ਹਾ ਦੱਸੀ ਜਾ ਰਹੀ ਕਿ ਅੱਗ ਲੱਗ ਗਈ ਸੀ ਇੱਕ ਬੱਸ ਨੂੰ ਔਰ ਦੂਜੇ ਪਾਸੇ ਟਰੱਕ ਪਲਟ ਗਿਆ ਸੀਗਾ, ਜਿਹਦੇ ਕਰਕੇ ਇੱਕ ਲੰਬਾ ਟ੍ਰੈਫਿਕ ਜਾਮ ਹੋ ਗਿਆ। ਔਰ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਸਲੋ ਸਪੀਡ ਗੱਡੀਆਂ ਚਲਾਓ, ਕਿਉਂਕਿ ਟ੍ਰੈਫਿਕ ਬਹੁਤ ਜਾਮ ਹੈ ਔਰ ਬਹੁਤ ਸਾਰਾ ਲੋਕ ਜਿਹੜੇ ਹੈਗੇ ਆ ਟ੍ਰੈਫਿਕ ਦੇ ਧੁੰਦ ਸੰਘਣੀ ਧੁੰਦ ਦੇ ਕਾਰਨ ਐਕਸੀਡੈਂਟ ਦਾ ਕਾਰਨ ਬਣ ਰਹੇ ਨੇ। ਸੋ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਗੱਡੀਆਂ ਸਲੋ ਚਲਾਓ ਔਰ ਟ੍ਰੈਫਿਕ ਨਿਯਮਾਂ ਦਾ ਜ਼ਰੂਰ ਪਾਲਣ ਕਰੋ ਔਰ ਕੋਸ਼ਿਸ਼ ਕਰੋ ਜਿੰਨਾ ਅਵੋਇਡ ਹੋ ਸਕਦਾ ਆਪਣਾ ਗੱਡੀਆਂ ਦਾ ਜਿਹੜਾ ਇਸਤੇਮਾਲ ਉਹ ਥੋੜ੍ਹਾ ਜਿਹਾ ਘੱਟ ਕਰੀਏ। ਔਰ ਮੈਂ ਦੁਬਾਰਾ ਤੋਂ ਲੋਕਾਂ ਨੂੰ ਸਲੋ ਚੱਲਣ ਦੀ ਅਪੀਲ ਕਰਦਾ। ਥੈਂਕ ਯੂ। ਹਾਂਜੀ ਸਰ, ਆਪਣਾ ਨਾਮ? ਹਾਂਜੀ ਬੋਲੋ। ਇੱਕ ਨਿਊ ਬੱਸ ਹੈ ਜਿਹਦਾ 84 ਨੰਬਰ ਅਤੇ ਇੰਜਨ ਨੰਬਰ ਲਿਖਿਆ ਹੋਇਆ ਆ ਅਤੇ ਉਹਦਾ ਚਾਲਕ ਹੈਗਾ ਅਰਵਿੰਦ ਅਹਿਰਵਾਰ, ਜੋ MP ਤੋਂ ਨਵੀਂ ਬੱਸ ਦੀ ਵਾਢੀ ਲਵਾ ਕੇ ਸ਼੍ਰੀਨਗਰ ਜਾ ਰਿਹਾ ਸੀਗਾ। ਇਹ ਕਰੀਬ 7:30 ਵਜੇ ਇਹਨੂੰ ਸਤਲੁਜ ਦਰਿਆ ਦੇ ਪੁਲ ਦੇ ਉੱਪਰ ਅਚਾਨਕ ਅੱਗ ਲੱਗ ਗਈ ਆ, ਜਾਣੀ ਕਿ ਬੱਸ ਖਾਲੀ ਸੀਗੀ, ਕੋਈ ਇਹਦੇ ਵਿੱਚ ਸਵਾਰੀ ਨਹੀਂ ਸੀ, ਨਵੀਂ ਬੱਸ ਸੀਗੀ। ਇਸ ਕਰਕੇ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਤੇ ਡਰਾਈਵਰ ਵੀ ਸੇਫ ਆ, ਉਹਦਾ ਕਲਿੰਡਰ ਵੀ ਸੇਫ ਆ ਅਤੇ ਫਾਰਮਿੰਗ ਰੇਡ ਗੱਡੀ ਮੰਗਾ ਕੇ ਅਤੇ ਉਹ ਅੱਗ 'ਤੇ ਕਾਬੂ ਪਾਇਆ ਅਤੇ ਉਹਨੂੰ ਹੁਣ ਇਸ ਟਾਈਮ ਪਰੇ ਕਰਕੇ ਅਤੇ ਸੰਚਾਰੂ ਢੰਗ ਨਾਲ ਜਿਹੜੀ ਆ ਟ੍ਰੈਫਿਕ ਜਿਹੜੀ ਆ ਚਲਾ ਦਿੱਤੀ ਗਈ ਹੈ। ਧੰਨਵਾਦ।